ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਜੋੜ ਮੇਲ ਦਾ ਆਗਾਜ਼ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਹੋਣ ਜਾ ਰਿਹਾ ਅਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਈ ਇੰਤਜ਼ਾਮ ਵੀ ਕੀਤੇ ਗਏ ਨੇ। ਇਸ ਦੌਰਾਨ ਸੰਗਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੀਆਂ ਨੇ ਅਤੇ ਸ਼ਹੀਦਾਂ ਨੂੰ ਨਮਨ ਕਰਦੀਆਂ ਨੇ। ਪੁਲਿਸ ਵੱਲੋਂ ਵੀ ਸੰਗਤਾਂ ਦੀ ਸਹੂਲਤ ਲਈ ਕਈ ਇੰਤਜ਼ਾਮ ਕੀਤੇ ਗਏ ਨੇ। ਸਾਡੇ ਨਾਲ ਫਤਿਹਗੜ੍ਹ ਸਾਹਿਬ ਦੇ SSP ਡਾਕਟਰ ਰਵਜੋਤ ਗਰੇਵਾਲ ਮੌਜੂਦ ਨੇ। ਉਹਨਾਂ ਨੂੰ ਪੁੱਛ ਰਹੇ ਨੇ ਕਿਸ ਤਰੀਕੇ ਦੇ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਗਏ ਨੇ ਅਤੇ ਕੀ ਹੋਰ ਸਹਾਇਤਾ ਦੇ ਨਾਲ ਨਾਲ ਇੰਤਜ਼ਾਮ ਨੇ ਜਿਹੜੇ ਆਮ ਪਬਲਿਕ ਲਈ ਨੇ ਉਰੇ। ਮੈਮ, ਕੀ ਇੰਤਜ਼ਾਮ ਸੰਗਤ ਲਈ ਕੀਤੇ ਗਏ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ? ਜੀ, ਜਿੱਦਾਂ ਕਿ ਤੁਸੀਂ ਜਾਣਦੇ ਹੋ ਜੀ, ਇਸ ਟਾਈਮ 'ਤੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਿਹੜੇ ਬਹੁਤ ਭਾਰੀ ਮਾਤਰਾ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣ ਆਉਂਦੀ ਹੈ ਗੁਰਦੁਆਰਾ ਸਾਹਿਬ। ਬਹੁਤ ਭਾਰੀ ਮਾਤਰਾ ਦੇ ਵਿੱਚ ਪੁਲਿਸ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਲਈ ਇਲਾਕੇ ਦੇ ਵਿੱਚ ਤੈਨਾਤ ਕੀਤੀ ਗਈ ਹੈ। ਪੂਰੇ ਇਲਾਕੇ ਨੂੰ 5 ਸੈਕਟਰਸ 'ਚ ਵੰਡਿਆ ਗਿਆ ਅਤੇ ਹਰ ਸੈਕਟਰ ਦੇ ਵਿੱਚ ਪਾਰਕਿੰਗ ਅਤੇ ਨਾਕਾਬੰਦੀ ਦੀ ਪ੍ਰਬੰਧ ਕੀਤੇ ਗਏ ਨੇ। ਪੂਰਾ ਜਿਹੜਾ ਏਰੀਆ ਨੂੰ CCTV ਕੈਮਰਾਜ਼ ਨਾਲ ਕਵਰ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਹਰ ਕਿਤੇ ਇੱਕ ਪੁਲਿਸ ਹੈਲਪ ਡੈਸਕ, ਜਿਹਨੂੰ ਅਸੀਂ ਸਮਾਧਾਨ ਕੇਂਦਰ ਦਾ ਨਾਮ ਦਿੱਤਾ ਹੈ, ਉੱਥੇ ਮੌਜੂਦ ਨੇ। ਕਾਫੀ ਲੋਕ ਅੱਜ ਵੀ ਉਹਨਾਂ ਨੇ ਉੱਥੇ ਪੁਲਿਸ ਦੀ ਮਦਦ ਲਿੱਤੀ ਹੈ। ਕਈ ਪਰਿਵਾਰਕ ਮੈਂਬਰਾਂ ਤੋਂ ਸੈਪਰੇਟ ਹੋ ਗਏ, ਉਹ ਉੱਥੇ ਆ ਕੇ ਅਨਾਊਂਸਮੈਂਟ ਕਰਾ ਕੇ ਉਹਨਾਂ ਨੂੰ, ਜਿਹੜੇ ਪਰਿਵਾਰਕ ਮੈਂਬਰਸ ਨੇ ਉਹਨਾਂ ਨੂੰ ਉਹਨਾਂ ਨਾਲ ਮਿਲਾਇਆ ਗਿਆ। ਇਸੇ ਤਰੀਕੇ ਦੇ ਨਾਲ ਜਿਹੜਾ ਪੂਰਾ ਟ੍ਰੈਫਿਕ ਮੈਨੇਜਮੈਂਟ ਹੈ ਅਤੇ ਲੋਕਾਂ ਦੀ ਜਿਹੜੀ ਇੱਥੇ ਇੱਕ ਤਰੀਕੇ ਦੀ ਮੂਵਮੈਂਟ ਹੋ ਰਹੀ ਹੈ, ਉਸ ਸਾਰੀ ਚੀਜ਼ ਨੂੰ ਬੜੀ ਚੰਗੀ ਤਰੀਕੇ ਨਾਲ ਪੁਲਿਸ ਵੱਲੋਂ, ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਚੈਨਲਾਈਜ਼ ਕੀਤਾ ਜਾ ਰਿਹਾ ਜੀ। ਅਤੇ ਮੈਡਮ, ਇਸ ਦੌਰਾਨ ਕਿੰਨੇ ਸੁਰੱਖਿਆ ਕਰਮੀ ਜਿਹੜੇ ਹੈਗੇ ਆ ਸੰਗਤ ਦੀ ਦੇਖ ਰੇਖ ਲਈ ਉਹਨਾਂ ਦੀ ਫੈਸਿਲਿਟੀ ਲਈ ਲਗਾਏ ਗਏ? ਇਲਾਕੇ ਦੇ ਵਿੱਚ ਹਾਲ ਦੀ ਘੜੀ 4,000 ਦੇ ਕਰੀਬ ਹੈ ਜਿਹੜੀ ਪੁਲਿਸ ਫੋਰਸ ਡਿਪਲੋਇਡ ਹੈ, ਅਤੇ ਨਾਲ ਹੀ ਤਕਰੀਬਨ ਸਾਡੇ ਕੋਲ 400 ਵਲੰਟੀਅਰਸ ਵੀ ਨੇ। ਅਤੇ ਇਸ ਤੋਂ ਇਲਾਵਾ ਕਾਫੀ ਜਿਹੜੇ ਬਾਹਰਲੇ ਇਲਾਕੇ ਨੇ ਉੱਥੇ ਡਾਇਵਰਜਨ ਅਤੇ ਨਾਕਾਬੰਦੀ ਦਾ ਵੀ ਪ੍ਰਬੰਧ ਕੀਤਾ ਗਿਆ। ਅਤੇ ਮੈਮ, ਜਿੱਦਾਂ ਹੁਣ ਸੰਗਤ ਆਉਂਦੀ ਹੈ ਅਲੱਗ ਅਲੱਗ ਸ਼ਹਿਰਾਂ ਤੋਂ ਆਉਂਦੀ ਹੈ, ਅਲੱਗ ਅਲੱਗ ਪਿੰਡਾਂ ਤੋਂ ਆਉਂਦੀ ਹੈ, ਅਤੇ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਜਾਂ ਕਿਸ ਤਰੀਕੇ ਨਾਕੇ ਤੋਂ ਉੱਥੇ ਗਾਈਡ ਕੀਤਾ ਜਾਂਦਾ? ਜੀ, ਜਿਹੜਾ ਸਾਡੇ ਅਪਰੋਚ ਰੋਡਸ ਨੇ ਉਹਨਾਂ ਦੇ ਪ੍ਰਮੁੱਖ ਤੌਰ 'ਤੇ 3 ਐਕਸਿਸ ਨੇ। ਉਹ ਸਾਰੇ ਸੜਕਾਂ 'ਤੇ ਜਿੱਦਾਂ ਕਿ ਨੈਸ਼ਨਲ ਹਾਈਵੇ, ਬਸੀ ਪਠਾਣਾ ਰੋਡ, ਜਿਹੜੀ ਚੰਡੀਗੜ੍ਹ ਰੋਡ ਹੈ, ਸਾਰਿਆਂ 'ਤੇ ਕਾਫੀ ਅਸੀਂ ਜਿਹੜੇ ਡਾਇਰੈਕਸ਼ਨ ਮੈਪਸ ਨੇ ਅਤੇ ਡਾਇਰੈਕਸ਼ਨ ਦੇ ਜਿਹੜੇ ਨੇ ਇੱਕ ਤਰੀਕੇ ਦੇ ਨਾਲ ਬੋਰਡਸ ਲਗਾਏ ਗਏ ਨੇ, ਤਾਂ ਜੋ ਲੋਕਾਂ ਨੂੰ ਵੀ ਬੜੇ ਕਲੀਅਰਲੀ ਸਮਝ ਆਏ ਕਿ ਅੱਗੇ ਫਤਿਹਗੜ੍ਹ ਸਾਹਿਬ ਜਿਨ੍ਹਾਂ ਨੇ ਇੱਥੇ ਨਤਮਸਤਕ ਹੋਣਾ ਹੈ ਉਹ ਆਉਣ, ਅਤੇ ਜਿਹੜੇ ਕੋਈ ਬਾਹਰਲੀ ਟ੍ਰੈਫਿਕ ਹੈ ਉੱਥੇ ਇਲਾਕੇ ਦੇ ਵਿੱਚ ਨਾ ਆਏ, ਉਹ ਡਾਇਵਰਜਨ ਯੂਜ਼ ਕਰ ਰਹੇ ਨੇ। ਇਸ ਕਰਕੇ ਸਾਡੇ ਜਿਹੜੀਆਂ ਸੜਕਾਂ ਨੇ ਉਹਦੇ 'ਤੇ ਕਾਫੀ ਸਾਨੂੰ ਇੱਥੇ ਟ੍ਰੈਫਿਕ ਦਾ ਜਿਹੜਾ ਹੈਗਾ ਸਮੱਸਿਆ ਉਹਦਾ ਸਮਾਧਾਨ ਮਿਲਿਆ। ਦੂਜੀ ਗੱਲ ਇਹ ਹੈ ਜੀ, ਜਿੰਨੇ ਵੀ ਬਾਹਰਲੇ ਨਾਕੇ ਨੇ ਉੱਥੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਉਹ ਸਾਰੀ ਸੰਗਤਾਂ ਨੂੰ ਗਾਈਡ ਕਰਨੇ, ਜੇ ਕੋਈ ਕਿਸੇ ਦਾ ਕੁਐਸਚਨ ਹੁੰਦਾ, ਕੋਈ ਡਾਊਟ ਹੁੰਦਾ, ਉਹ ਰੁਕ ਕੇ ਉਹਨੂੰ ਪੁੱਛਦੇ ਨੇ, ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ। ਮੈਮ, ਇੱਕ ਗੱਲ ਦੇਖਣ ਨੂੰ ਮਿਲੀ ਹੈ ਜਿਵੇਂ ਕਿ GT ਰੋਡ ਹੋ ਗਿਆ ਜਾਂ ਅਲੱਗ ਅਲੱਗ ਜਗ੍ਹਾ 'ਤੇ ਕਈ ਵਾਰੀ ਨਾ ਜਾਮ ਦੀ ਪੋਜੀਸ਼ਨ ਹੋ ਜਾਂਦੀ ਹੈ, ਅਤੇ ਉਹਨਾਂ ਨਾਲ ਨਿਪਟਣ ਲਈ ਕੀ ਪ੍ਰਬੰਧ ਨੇ? ਜੀ, ਜਾਮ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਜੀ, ਬਹੁਤ ਭਾਰੀ ਸੰਖਿਆ ਦੇ ਵਿੱਚ ਇੱਥੇ ਸੰਗਤ ਨਤਮਸਤਕ ਹੋਣ ਆਈ ਹੈ, ਅਤੇ ਕਦੇ ਕਦਾਰ ਅਸੀਂ ਉਹਨਾਂ ਨੂੰ ਰੋਕ ਕੇ ਇੱਕ ਇੱਕ ਕਰਕੇ, ਜਿੱਦਾਂ ਟਰਾਲੀਆਂ 'ਤੇ ਕਾਫੀ ਲੋਕ ਅੱਜ ਆਏ ਨੇ, ਉਹਨਾਂ ਨੇ ਇੱਥੇ ਠਹਿਰਨਾ ਹੈ, ਅਤੇ ਉਹਨਾਂ ਨੂੰ ਅਸੀਂ ਚੈਨਲਾਈਜ਼ ਕਰਦੇ ਹਾਂ
ਜਾਮ ਕਿਸੇ ਤਰੀਕੇ ਦਾ ਸਾਡੇ ਕੋਲ ਹਜੇ ਨਹੀਂ ਆਇਆ, ਪਰ ਇਹ ਜ਼ਰੂਰ ਹੈ ਕਿ ਕਈ ਵਾਰ ਕਿਉਂਕਿ ਕਾਫੀ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਕੱਢਿਆ ਜਾਂਦਾ ਅਤੇ ਉਹ ਤਰਤੀਬਵਾਰ ਕੀਤਾ ਜਾ ਰਿਹਾ। ਕਿਸੇ ਤਰੀਕੇ ਦਾ ਟ੍ਰੈਫਿਕ ਜਾਮ ਨਹੀਂ ਹੈ ਕਿਉਂਕਿ ਪੂਰਾ ਜਿਹੜਾ ਇਲਾਕਾ ਇਹਨੂੰ ਇੱਕ ਵਨਵੇ ਦੇ ਤੌਰ 'ਤੇ ਰੱਖਿਆ ਗਿਆ ਅਤੇ ਹਜੇ ਤੱਕ ਜਿਹੜਾ ਕੋਈ ਪ੍ਰੋਬਲਮ ਜੇ ਕਿਸੇ ਨੂੰ ਆ ਰਹੀ ਹੈ ਤਾਂ ਉਹਨੂੰ ਮੌਕੇ 'ਤੇ ਉਹਦਾ ਸਲਿਊਸ਼ਨ ਕੱਢਿਆ ਜਾ ਰਿਹਾ। ਜਿਹੜੀ ਆਮ ਪਬਲਿਕ ਹੈ ਜਾਂ ਸੰਗਤ ਜਿਹੜੀ ਇੱਥੇ ਆਉਂਦੀ ਹੈ ਉਹਨੂੰ ਕੀ ਅਪੀਲ ਕਰਨਾ ਚਾਹੋਗੇ, ਕੀ ਗਾਈਡੈਂਸ ਦੇਣੀ ਚਾਹੋਗੇ? ਜੀ ਮੇਰੀ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਅਪੀਲ ਹੈ ਜੀ ਕਿ ਅਸੀਂ ਪੂਰੀ ਫਤਿਹਗੜ੍ਹ ਸਾਹਿਬ ਪੁਲਿਸ ਜਿਹੜੀ ਹੈ ਤੁਹਾਡੀ ਸੇਵਾ 'ਚ ਇੱਥੇ ਹਾਜ਼ਰ ਹੈ ਅਤੇ ਇਹ ਇੱਕ ਬਹੁਤ ਗਮਗੀਨ ਅਤੇ ਇੱਕ ਸ਼ੋਕਮਈ ਅਫਸਰ ਹੁੰਦਾ ਹੈ ਅਤੇ ਹੁਣ ਤੱਕ ਵੀ ਜਿਹੜੀ ਇੱਥੇ ਸੰਗਤ ਆ ਰਹੀ ਹੈ ਇਸ ਅਫਸਰ ਦੀ ਬੜੀ ਸਾਰਿਆਂ ਨੇ ਮਰਿਆਦਾ ਰੱਖੀ ਹੋਈ ਹੈ ਅਤੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਅਤੇ ਮੈਨੂੰ ਪੂਰੀ ਉਮੀਦ ਹੈ ਅੱਗੇ ਵੀ ਅਸੀਂ ਜਿਹੜੀ ਸਾਡੀ ਇੱਥੇ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਇਹ ਸਾਡੀ ਠੀਕ ਰਹੇਗੀ ਜੀ। ਸਾਡੇ ਨਾਲ ਮੌਜੂਦ ਸੀ ਫਤਿਹਗੜ੍ਹ ਸਾਹਿਬ ਦੇ SSP ਡਾਕਟਰ ਰਵਜੋਤ ਕੌਰ ਗਰੇਵਾਲ। ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਹਾਂ ਵੀ ਕਿਸ ਤਰੀਕੇ ਨਾਲ ਇੱਥੇ ਨਿਗਾਹ ਰੱਖੀ ਜਾ ਰਹੀ ਹੈ ਸੰਗਤ ਦੇ ਵਾਸਤੇ। ਇੱਥੇ ਡਰੋਨ ਨੇ ਜਿਹੜੇ, ਇਹ ਡਰੋਨਸ ਦੇ ਨਾਲ ਲਗਾਤਾਰ ਮੋਨੀਟਰਿੰਗ ਵੀ ਕੀਤੀ ਜਾਂਦੀ ਹੈ। ਇਹ ਡਰੋਨਸ ਜਿਹੜੇ ਹੈ ਇੱਥੇ ਦੇਖਦੇ ਨੇ ਵੀ ਸੰਗਤ ਦੇ ਵਿੱਚ ਕੋਈ ਵੀ ਇਹੋ ਜਿਹਾ ਸ਼ਰਾਰਤੀ ਵਿਅਕਤੀ ਜੇ ਕੋਈ ਆ ਜਾਂਦਾ ਉਸਨੂੰ ਫਿਰ ਪੁਲਿਸ ਆਪਣੇ ਤਰੀਕੇ ਦੇ ਨਾਲ ਉਹਨੂੰ ਟੈਕਲ ਕਰਦੀ ਹੈ ਔਰ ਅਲੱਗ ਅਲੱਗ ਸਮਾਧਾਨ ਕੇਂਦਰ ਬਣਾਏ ਗਏ ਨੇ ਜਿੱਥੇ ਕਿ ਕੋਈ ਵੀ ਸ਼ਿਕਾਇਤ ਆਉਂਦੀ ਹੈ ਪੁਲਿਸ ਉਸਨੂੰ ਉਸਦਾ ਹੱਲ ਕੱਢ ਕੇ ਦਿੰਦੀ ਹੈ। ਜ਼ਰੂਰਤ ਹੈ ਆਮ ਸੰਗਤ ਨੂੰ ਵੀ ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ, ਕਿਸੇ ਨੂੰ ਵੀ ਕਿਸੇ ਤਰੀਕੇ ਦੀ ਇੱਥੇ ਫਤਿਹਗੜ੍ਹ ਸਾਹਿਬ ਆ ਕੇ ਨਤਮਸਤਕ ਹੋਣ 'ਚ ਕੋਈ ਦਿੱਕਤ ਪੇਸ਼ ਨਾ ਆਵੇ। ਗੁਰਦੀਪ ਸਿੰਘ, ਨਿਊਜ਼ 18, ਫਤਿਹਗੜ੍ਹ ਸਾਹਿਬ।